ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ। ਅਤੇ ਹੁਣ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰੁਬੀਨਾ ਨੂੰ ਚੜ੍ਹਾ ਕੇ ਆਏ ਹਾਂ, ਅਤੇ ਅਸੀਂ ਆ ਗਏ ਸੀ ਫਿਰ ਇੱਧਰ ਸਰਾਂ ਦੇ ਵਿੱਚ। ਇੱਧਰ ਅਸੀਂ ਲੈ ਲਿਆ ਸੀ ਰੂਮ, ਅਤੇ ਗੁਰਜੀਤ ਦੀ ਜਿਹੜੇ ਆ ਰੁਬੀਨਾ ਨਾਲ ਗੱਲ ਕਰ ਰਹੇ ਆ। ਰੁਬੀਨਾ ਹਜੇ ਪਹੁੰਚੀ ਦਿੱਲੀ, ਰੁਬੀਨਾ ਦਿੱਲੀ ਪਹੁੰਚੀ ਆ ਅਤੇ ਆਪਾਂ ਹਜੇ ਅੰਮ੍ਰਿਤਸਰ 'ਚ ਹਾਂ। ਸੋ ਅੱਜ ਅਸੀਂ ਸੋਚਿਆ ਚੱਲ ਨਾਲ ਗੁਰਜੀਤ ਦੀ ਸਾਡੇ ਨਾਲ ਰਹਿ ਲੈਣਗੇ, ਅਤੇ ਵੈਸੇ ਤਾਂ ਮੰਮੀ ਜਾ ਰਹੇ ਆ ਉਹਨਾਂ ਕੋਲ, ਥੋੜ੍ਹਾ ਜਿਹਾ ਚਲੋ ਦਿਲ ਦੁੱਲ ਲੱਗ ਜੂਗਾ। ਅਤੇ ਅਸੀਂ ਹੁਣ ਜੀ ਸਾਵਲਾ ਗੱਲ ਕਰ ਰਹੀ ਹਾਂ। ਅੱਛਾ, ਸਾਵਲ ਸਾਵਲ ਆਪਣਾ ਕੁਛ ਖਾ ਪੀ ਰਿਹਾ, ਕਹਿੰਦਾ ਮੇਰੇ ਵੱਲ ਕੈਮਰਾ ਨਾ ਕਰਿਓ, ਮੈਂ ਕਿੰਨੀ ਕਰਦੇ ਉਹੀ ਸ਼ਾਇਦ ਖਾਓ ਪੀਓ ਕਰੋ ਇੰਜੋਏ। ਅਤੇ ਵਰੁਣ ਹੁਣੀ, ਵਰੁਣ ਦੇ ਪਾਪਾ ਚਲ ਗਏ ਸੀ ਗੱਡੀ ਦਾ ਕੰਮ ਕਰਾਉਣ, ਉਹਨਾਂ ਨੂੰ ਕਿੰਨੇ ਘੰਟੇ 3-4 ਘੰਟੇ ਹੋ ਗਏ ਏਜੰਸੀ 'ਚ ਚਲੇ ਗਏ ਜੀ। ਫਿਰ ਇਸ ਤਰ੍ਹਾਂ ਹੀ ਅੰਮ੍ਰਿਤਸਰ ਆਈਏ ਅਤੇ ਫਿਰ ਅਸੀਂ ਕਿੰਨੇ ਸਾਰੇ ਕੰਮ ਲੈ ਕੇ ਆਉਂਦੇ ਹਾਂ, ਆਹ ਵੀ ਕਰ ਲਈਏ, ਉਹ ਵੀ ਕਰ ਲਈਏ, ਜੇ ਵੀ ਕਰ ਲਈਏ। ਸਾਨੂੰ ਸੱਚੀ ਗੱਲ ਜਦੋਂ ਅਸੀਂ ਅੰਮ੍ਰਿਤਸਰ ਆਈਏ ਸਾਨੂੰ ਇੰਨੇ ਕੰਮ ਹੁੰਦੇ ਆ ਨਾ, ਅਤੇ ਸਾਰੇ ਆਪਾਂ ਤਾਂ ਸੋ ਗੱਡੀ ਦਾ ਥੋੜ੍ਹਾ ਜਿਹਾ ਕੰਮ ਉੱਤਰ ਚਲੇ ਗਏ। ਸਪੈਸ਼ਲ ਆਇਆ ਨਹੀਂ ਜਾਂਦਾ, ਸਪੈਸ਼ਲ ਆਇਆ ਨਹੀਂ, ਵਕਤ ਹੀ ਆਇਆ ਜਾਂਦਾ। ਹੁਣ ਅਸੀਂ ਸੋਚਿਆ ਕਿ ਚਲੋ ਨਾਲੇ ਬੱਚੇ ਸਾਰੇ ਜਣੇ ਇਸ਼ਨਾਨ ਕਰ ਲੈਣਗੇ, ਅਤੇ ਇਸ਼ਨਾਨ ਵੀ ਤੁਹਾਨੂੰ ਪਤਾ ਕਿ ਕਰਮਾ ਕਹਿੰਦੇ ਨੇ ਕਰਮਾ ਨਾਲ ਹੀ ਹੁੰਦਾ ਹੈ, ਅੱਜ ਕਿੱਥੇ ਹੋਇਆ ਜਾਂਦਾ। ਅੱਜ ਸੋਚਿਆ ਕਿ ਸਾਰੇ ਜਣੇ ਇਸ਼ਨਾਨ ਕਰਨਗੇ, ਅਤੇ ਫਿਰ ਆਪਾਂ ਹੁਣ ਰਹਿਰਾ ਸਾਹਿਬ ਦਾ ਟਾਈਮ 'ਤੇ ਆਪਾਂ ਜਾਵਾਂਗੇ ਹਰਿਮੰਦਰ ਸਾਹਿਬ, ਅਤੇ ਆਪਾਂ ਉੱਥੇ ਵੀਡੀਓ ਬਣਾਉਣੀ ਨਹੀਂ, ਕਿਉਂਕਿ ਤੁਹਾਨੂੰ ਪਤਾ ਕਿ ਕਿੰਨਾ ਪੰਗਾ ਜਿਹਾ ਪਿਆ ਪਿੱਛੇ, ਜੇ ਬੜਾ ਭਾਰੀ ਵਿਵਾਦ ਚੱਲਣ ਡਿਆ ਵੀ ਇਹੋ ਜਿਹੇ ਲੋਕ ਆ ਕੇ ਕੰਮ ਕਿੰਨਾ ਖਰਾਬ ਕਰ ਦਿੰਦੇ ਆ ਨਾ। ਸੋ ਚਲੋ ਬਾਹਰ ਚਲੋ ਆਪਾਂ ਜਾਵਾਂਗੇ, ਅਤੇ ਜ਼ਰੂਰ ਥੋੜ੍ਹਾ ਜਿਹਾ ਆਪਾਂ ਬਾਹਰੋਂ ਕਲਿੱਪ ਲਵਾਂਗੇ, ਪਰ ਅੰਦਰੋਂ ਆਪਾਂ ਬਿਲਕੁਲ ਨਹੀਂ ਬਣਾਉਣੀ, ਅਤੇ ਨਾ ਹੀ ਮੇਰੇ ਹਿਸਾਬ ਨਾਲ ਬਣਾਉਣੀ ਚਾਹੀਦੀ। ਜਦੋਂ ਲੋਕ ਇਹੋ ਜਿਹੇ ਕੰਮ ਕਰਨ ਲੱਗ ਪੈਣ ਤਾਂ ਚੰਗੀ ਗੱਲ ਨਹੀਂ ਹੈਗੀ। ਅਤੇ ਚਲੋ ਫਿਰ ਆਉਂਦੇ ਆ ਬਰੋ ਹੁਣੇ, ਅਤੇ ਫਿਰ ਆਪਾਂ ਚੱਲਾਂਗੇ। ਹਜੇ ਰੈਸਟ ਫਰਮਾ ਰਹੇ ਸਵੇਰ ਦੇ ਥੱਕੇ ਸਾਰੇ ਜਣੇ, ਆਪਾਂ ਜਾ ਰਹੇ ਹਾਂ ਤੁਰ ਕੇ ਤਿੰਨੇ ਜਣੇ, ਅਤੇ ਭੂਜੀ ਅਤੇ ਦਾਦੀ ਮੰਮਾ ਆਟੋ 'ਤੇ ਚੱਲ ਗਏ, ਹੈ ਤਾਂ ਸਾਹਮਣੇ ਹੀ ਆ ਦਰਬਾਰ ਸਾਹਿਬ, ਤੁਸੀਂ ਦੇਖ ਸਕਦੇ ਜੇ। ਸਾਹਮਣੇ ਲੰਗਰ ਹਾਲ, ਥੋੜ੍ਹੀ ਜਿਹੀ ਬਾਰਿਸ਼ ਹੋਈ ਪਰ ਗਰਮੀ ਬਹੁਤ ਆ, ਫਿਰ ਵੀ ਅੱਜ ਵੀ ਸੰਗਤ ਬਹੁਤ ਜ਼ਿਆਦਾ, ਸ਼ਨੀਵਾਰ ਐਤਵਾਰ ਤਾਂ ਵੈਸੇ ਬਹੁਤ ਜ਼ਿਆਦਾ ਹੁੰਦੀ ਸੰਗਤ। ਰਾਤ ਦੇ 10 ਵਜ ਗਏ ਆ, ਫਿਰ ਸੰਗਤ ਤੁਸੀਂ ਵੇਖ ਸਕਦੇ ਜੇ, ਇਸ ਤਰ੍ਹਾਂ ਹੀ ਆ ਸਾਰੀ ਪਰਿਕਰਮਾ ਦੇ ਵਿੱਚ ਸੰਗਤ, ਇਸ ਤਰ੍ਹਾਂ ਹੀ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲੰਗਰ ਹਾਲ, ਪਰਿਕਰਮਾ, ਇਸ਼ਨਾਨ ਘਰ, ਹਰ ਜਗ੍ਹਾ 'ਤੇ ਇੰਝ ਚੱਲਣ ਦੇਖਿਓ ਜੀ। ਅਤੇ ਅਸੀਂ ਉੱਥੇ ਬਣਾਇਆ ਨਹੀਂ ਕਿਉਂਕਿ ਉੱਥੇ ਹੋ ਗਈ ਲਾਈਟ ਬੰਦ, ਜਿੱਥੇ ਆਪਾਂ ਰਹੇ ਹਾਂ ਰਾਤ ਦੀ, ਹੈ ਨਾ, ਹਰਿਮੰਦਰ ਸਾਹਿਬ ਦੇ ਲਾਗੇ ਕਮਰਾ ਲਿਆ ਜਿੱਥੇ,
ਅਤੇ ਲਾਈਟ 3 ਵਜੇ ਉੱਠੀ ਰਾਤੀ, ਮੈਂ ਸਾਰਿਆਂ ਨੂੰ ਪੁੱਛ ਲਿਆ, ਮੈਂ ਕਿਹਾ ਚੱਲੋਗੇ, ਕੌਣ ਕੌਣ ਚੱਲੂਗਾ ਮੇਰੇ ਨਾਲ, ਵੀ ਆਪਾਂ ਸਵੇਰੇ ਜਿਹੜੇ ਆ ਜਾਵਾਂਗੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ, ਪਾਲਕੀ ਸਾਹਿਬ ਆਉਂਦੇ ਆ, ਅਤੇ ਬਸ ਕਿਸੇ ਨੇ ਹਾਂ ਨਹੀਂ ਕੀਤੀ ਅਤੇ ਮੈਂ ਚਲੋ, ਸਭ ਨੇ ਹਾਂ ਕੀਤੀ ਜਦੋਂ ਤੁਰਨ ਲੱਗੇ, ਉਦੋਂ ਕਿਸੇ ਨੇ ਹਾਂ ਨਹੀਂ ਕੀਤੀ। ਹਾਂ ਕੀਤੀ ਅਤੇ ਜਦੋਂ ਮੈਂ ਕਿਹਾ, ਮੈਂ 3 ਵਜੇ ਉਠਾ ਲਿਆ ਕਿ ਜਾਣਾ ਕਿਸੇ ਨੇ, ਹੈ ਨਾ, ਸਾਰਿਆਂ ਨੇ ਨਾ ਕਰਤੀ, ਮੈਂ ਚਲੋ ਮੈਂ ਹਿੰਮਤ ਮਾਰੀ, ਮੈਂ ਕਿਹਾ ਮੈਂ ਫਿਰ ਚੱਲੀ, ਮੈਂ 3 ਵਜੇ ਉੱਠ ਕੇ ਅਤੇ ਆਪਣਾ ਤਿਆਰ ਹੋ ਗਈ 3:30 ਵਜੇ ਤੱਕ। ਫਿਰ ਮੈਂ ਸਾਰਿਆਂ ਨੂੰ ਪੁੱਛਿਆ ਅਤੇ ਫਿਰ ਗੁਰਜੀਤ ਦੀ ਮਾੜਾ ਜਿਹਾ ਹਿੱਲੇ ਵੀ ਹਾਂ ਵੇਖਦੀ ਹਾਂ ਕਰਦੀ ਹਾਂ, ਜਿੰਨੀ ਚਿਰ ਨੂੰ ਮੈਂ ਰੂਮ ਦਾ ਦਰਵਾਜ਼ਾ ਖੋਲ੍ਹਿਆ ਅਤੇ ਨਾਲ ਹੀ ਲਾਈਟ ਬੰਦ। ਚਲੋ ਜੀ, ਅਤੇ ਬਾਰਿਸ਼ ਇੰਨੀ ਜ਼ਿਆਦਾ, ਬਾਹਰ ਬੜੀ ਬਾਰਿਸ਼ ਵੀ, ਤੁਸੀਂ ਜਾ ਹੀ ਨਹੀਂ ਸਕਦੇ ਕਿਸੇ ਪਾਸੇ, ਨਾਲ ਹੀ ਬਾਰਿਸ਼ ਸ਼ੁਰੂ ਹੋ ਗਈ, ਨਾਲ ਹੀ ਲਾਈਟ ਬੰਦ ਹੋ ਗਈ। ਫਿਰ ਅਸੀਂ ਕੋਈ ਵੀ ਨਹੀਂ ਗਿਆ, ਮੈਂ ਵੀ ਰਹਿ ਗਈ ਜਿਹੜੀ 3:30 ਵਜੇ ਉੱਠੀ ਉੱਥੇ ਹੀ ਰਹਿ ਗਈ। ਫਿਰ ਜਿਹੜਾ ਆਪਾਂ ਲੇਟ ਗਏ ਅਤੇ ਫਿਰ ਸਾਵਲ ਨੇ 2 ਵਾਰੀ ਇਸ਼ਨਾਨ ਕਰ ਲਿਆ, ਇੱਕ ਵਾਰੀ ਉਹਨੇ ਰਾਤ ਨੂੰ ਕਰ ਲਿਆ ਜਦੋਂ ਆਪਾਂ ਰਾਤ ਗਏ ਹਾਂ, ਅਗਲੇ ਜਦੋਂ ਆਪਾਂ ਸਵੇਰੇ ਫਿਰ ਲੇਟ ਗਏ ਨਾ, ਬਾਰਿਸ਼ ਲੇਟ ਤੱਕ ਹੁੰਦੀ ਰਹੀ, ਅਤੇ ਸਵੇਰੇ ਆਪਾਂ ਫਿਰ 7 ਵਜੇ ਗਏ, ਮੈਨੂੰ ਲੱਗਦਾ 7:30 ਸਾਵਲ ਨੇ ਫਿਰ ਉਦੋਂ ਦੁਬਾਰਾ ਫਿਰ ਇਸ਼ਨਾਨ ਕਰ ਲਿਆ। ਪ੍ਰਸ਼ਾਦਾ ਛੱਕ ਕੇ ਆਏ ਹਾਂ ਮੈਨੂੰ ਨਹੀਂ, ਸਵੇਰੇ ਪ੍ਰਸ਼ਾਦਾ ਨਹੀਂ ਨਹੀਂ ਸਵੇਰੇ ਪ੍ਰਸ਼ਾਦਾ ਨਹੀਂ ਛਕਿਆ ਸੱਜੀਏ, ਸਜਾ ਕੇ ਪ੍ਰਸ਼ਾਦਾ, ਅਤੇ ਫਿਰ ਅਸੀਂ ਇੱਥੋਂ ਤੁਰ ਪਏ ਅਤੇ ਦੂਜੇ ਦਿਨ ਉੱਧਰ, ਹਾਂਜੀ ਦਰਬਾਰ ਸਾਹਿਬ ਵੀ ਗਏ ਸੀ। ਫਿਰ ਆਪਾਂ ਜਦੋਂ ਮਤਲਬ ਕਿ ਮੀਂਹ ਰੁਕ ਗਿਆ ਸੀ, ਮੀਂਹ ਉਹੀ ਤਾਂ ਮੈਂ ਕਹਿਣ ਡਈ, ਮੀਂਹ ਰੁਕ ਗਿਆ, ਫਿਰ ਆਪਾਂ ਦਰਬਾਰ ਸਾਹਿਬ ਗਏ, ਦਰਬਾਰ ਸਾਹਿਬ ਗਏ ਆਪਾਂ ਲੰਗਰ ਛਕਿਆ, ਸਾਵਲ ਨੇ ਲੰਗਰ ਛਕਿਆ, ਲੰਗਰ ਛਕ ਕੇ ਜਦੋਂ ਆਪਾਂ ਆਉਣ ਲੱਗੇ ਅਤੇ ਸਾਵਲ ਹਮੇਸ਼ਾ ਜਿੱਦ ਕਰਦਾ ਮੇਰੇ ਨਾਲ ਕਿ ਟੋਕਰ ਮੈਨੂੰ ਦੇ ਦਿਓ, ਟੋਕਰ ਮੈਨੂੰ ਦੇ ਦਿਓ, ਜੁੱਤੀਆਂ ਵਾਲਾ ਟੋਕਰ ਮੈਂ ਸਾਵਲ ਨੂੰ ਫੜਾ ਤਾ। ਸਾਵਲ ਨੇ ਪਤਾ ਨਹੀਂ ਉੱਥੇ ਚਾਪ ਕਰਨ ਲੱਗ ਪਿਆ ਵਾਹਿਗੁਰੂ ਦਾ, ਸਤਨਾਮ ਵਾਹਿਗੁਰੂ ਦਾ, ਅਤੇ ਇਹਦੇ ਕੋਲ ਟੋਕਰ 'ਚ ਦੇ ਡਿੱਗ ਪਿਆ, ਟੋਕਰ ਡਿੱਗ ਗਿਆ, ਅਤੇ ਜਦੋਂ ਆਪਾਂ ਉੱਥੇ ਜੁੱਤੀਆਂ ਲੈਣ ਗਏ ਤਾਂ ਟੋਕਰ ਪੁੱਛਿਆ, ਨਾ ਟੋਕਰ ਸਾਡੇ ਕੋਲ ਹੈ ਨਹੀਂ। ਫਿਰ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਹ ਵਾਲੀਆਂ ਹੈਗੀਆਂ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਅੰਦਰ ਆ ਕੇ ਲੱਭ ਲਓ ਸਾਵਲ ਕਰੀ ਜਾ। ਮੈਂ ਇੱਥੇ ਮੈਨੂੰ 15-20 ਮਿੰਟ ਲੱਗ ਗਏ ਲੱਭਦੀ ਨੇ, ਅਤੇ ਮੈਂ ਉਹ ਕਹਿੰਦੇ ਚਲੋ ਅਸੀਂ ਨਾ ਆਪਣੇ ਕੋਲੋਂ ਦੇ ਦਿੰਦੇ ਵੀ ਇੱਥੇ ਸਾਡੇ ਕੋਲ ਕੈਂਚੀ ਚੱਪਲਾਂ ਹੁੰਦੀਆਂ ਅਤੇ ਹੈਗੀ ਆ, ਸਾਡੀਆਂ ਜੁੱਤੀਆਂ ਥੋੜ੍ਹੀਆਂ ਮਹਿੰਗੀਆਂ ਸਾਰਿਆਂ ਦੇ ਕਰੋਕਸ ਹੀ, ਅਤੇ ਮੈਂ ਕਿਹਾ ਵੀ ਨਹੀਂ ਮੈਨੂੰ ਮਾੜਾ ਜਿਹਾ ਇੱਕ ਵਾਰੀ ਫੇਰ ਵੇਖ ਲੈਂਦੋ ਵੀ ਜੁੱਤੀਆਂ ਥੋੜ੍ਹੀਆਂ, ਹੈ ਨਾ ਵੀ ਫਿਰ ਵੀ ਦਿਲ 2-2 ਹਜ਼ਾਰ ਦੀ ਚੱਪਲ ਹੋਏ ਤਾਂ ਕਿੱਥੇ ਦਿਲ ਕਰਦਾ ਛੱਡਣ ਨੂੰ, ਅਤੇ ਫਿਰ ਵੀ ਪਾਈ ਪਾਈ ਕਰਕੇ ਪੈਸੇ ਜੋੜੇ ਹੁੰਦੇ ਵੀ ਮਿਹਨਤ ਦੀ ਕਮਾਈ ਹੈ ਕਿੱਦਾਂ, ਹੈ ਨਾ ਵੀ ਉਹ ਹੁੰਦਾ ਹੈ। ਚਲੋ ਫਿਰ ਮੈਂ ਦੂਸਰੀ ਵਾਰੀ ਨਾ ਥੋੜ੍ਹੇ ਲਾਗਲੇ ਜਿਹੜੇ ਹੋਰ ਜਿਹੜੇ ਸੀ ਉਹ ਬਣੀਆਂ ਹੁੰਦੀਆਂ ਸੈਲਫਾਂ ਜੀਆਂ ਉੱਧਰ ਗਈ, ਅਤੇ ਉੱਥੇ ਸਾਡੇ ਤਿੰਨਾਂ ਦੀ ਜੁੱਤੀਆਂ ਪਈਆਂ, ਦਲਜੀਤ ਦੀ ਵੀ, ਮੇਰੀ ਅਤੇ ਸਾਵਲ ਦੀ, ਸਾਡੇ ਤਿੰਨਾਂ ਦੇ ਕਰੋਕ ਸੀ, ਅਤੇ ਉੱਥੋਂ ਫਿਰ ਆਪਾਂ ਲਏ, ਅਤੇ ਫਿਰ ਪਰ ਉਹਨਾਂ ਨੇ ਬਕਾਇਦਾ ਸਾਰਾ ਸਾਈਨ ਕਰਾ ਕੇ ਸਾਰਾ ਕੁਛ ਕਿ ਕਿੱਥੋਂ ਲਏ ਤੁਸੀਂ, ਉਹਦਾ ਨੰਬਰ ਲੈ ਕੇ, ਮੇਰਾ ਫੋਨ ਨੰਬਰ, ਮੇਰਾ ਐਡਰੈਸ, ਸਾਰਾ ਕੁਛ ਲੈ ਕੇ, ਅਤੇ ਫਿਰ ਆਪਾਂ ਉੱਥੋਂ ਜੁੱਤੀਆਂ ਲਈਆਂ, ਅਤੇ ਮੈਂ ਕਿਹਾ ਸਾਵਲ ਇਸ ਤੋਂ ਬਾਅਦ ਤਾਂ ਨਹੀਂ ਕਦੀ ਇੱਥੋਂ ਫੜੇਗਾ ਹੁਣ, ਹੈ ਨਾ, ਅਤੇ ਉਹ ਲੈ ਕੇ ਫਿਰ ਅਸੀਂ ਰੂਮ 'ਚ ਆਏ, ਅਤੇ ਪਰ ਲਾਈਟ ਉਦੋਂ ਤੱਕ ਵੀ ਨਹੀਂ ਆਈ, ਇੰਨਾ ਲਾਈਟ ਨੇ ਤਾਂ ਕੀਤਾ, ਸਾਡੇ ਉਧਰੋਂ ਫੋਨ ਵੀ ਬੰਦ ਹੋ ਗਏ, ਵਲੌਗ ਵੀ ਨਹੀਂ ਬਣਿਆ। ਫਿਰ ਆਪਾਂ ਪਹੁੰਚ ਗਏ ਜੀ ਘਰੇ, ਅਤੇ ਘਰੇ ਆ ਗਏ ਵੀ ਤੁਹਾਨੂੰ ਪਤਾ ਜਦੋਂ ਕਿਤੇ ਜਾ ਕੇ ਆਈਏ ਅਤੇ ਘਰੇ ਖਲਾਰਾ ਹੁੰਦਾ, ਤੋਬਾ ਤੋਬਾ, ਬੜਾ ਖਲਾਰਾ ਖਲੂਰਾ ਪਿਆ ਸੀ। ਫਿਰ ਘਰੇ ਆ ਕੇ ਖਲਾਰਾ ਸਾਂਭਿਆ, ਗੁਰਜੀਤ ਦੀਦੀ ਉੱਧਰ ਚਲ ਗਏ ਅਤੇ ਨਾਲ ਹੀ ਚਲ ਗਏ ਮੰਮੀ, ਫਿਰ ਹਫ਼ਤਾ ਲਾ ਗਿਆ ਏ ਉੱਥੇ ਹੀ, ਅਤੇ ਵਲੌਗ ਅਸੀਂ ਜਿਹੜਾ ਬਾਕੀ ਜਿਹੜਾ ਨਾ ਲੇਟ ਕੰਪਲੀਟ ਕਰਨ ਡੇ ਆ। ਮੰਮੀ ਫਿਰ ਗੁਰਜੀਤ ਦੀ ਦਾ ਦਿਲ ਲਾ ਕੇ ਆਏ, ਹਫ਼ਤਾ ਰਹਿ ਕੇ ਆਏ ਉੱਥੇ, ਹਫ਼ਤੇ ਬਾਅਦ ਆਏ ਫਿਰ ਮੰਮੀ ਜੀ ਨੇ ਪੂਰਾ ਲਾਇਆ ਕਿ ਦਿਲ ਬੇਬੇ ਦਾ ਬੇਬੇ ਦਾ ਬਹੁਤ ਹੀ ਦਿਲ ਦਾ ਕੰਮ ਹੈ।
ਤੁਸੀਂ ਵੀ ਅੱਖਾਂ ਭਰ ਲਈਆਂ ਹੁਣ, ਚੰਗੀ ਗੱਲ ਹੈ ਕਿ ਬੀਬੀ ਗੁਰੂ ਰਬੀਨਾ ਪਹੁੰਚ ਗਈ ਹੈ। ਹਾਂਜੀ ਅਤੇ ਚਲੋ ਅਤੇ ਆਪਾਂ ਹਰਿਮੰਦਰ ਸਾਹਿਬ ਜ਼ਿਆਦਾ ਅੰਦਰ ਦਾ ਬਣਾਇਆ ਨਹੀਂ ਕਿਉਂਕਿ ਮਨਾ ਕਰਦੇ ਆ ਹੈ ਨਾ, ਬਣਾਉਣ ਨੂੰ ਤਾਂ ਚਲੋ ਬਣਾ ਵੀ ਸਕਦੇ, ਉਹ ਕਿਹੜੀ ਮਾੜੀ ਗੱਲ ਹੀ, ਪਰ ਆਪ ਹੀ ਆਪਾਂ ਅਵਾਇਡ ਕੀਤਾ ਕਿ ਨਹੀਂ ਬਣਾਉਣਾ ਚਾਹੀਦਾ, ਥੋੜ੍ਹਾ ਜਿਹਾ ਹੀ ਆਪਾਂ ਬਣਾਇਆ ਅਤੇ ਵਧੀਆ ਰਿਹਾ ਵੈਸੇ, ਪਰ ਗਰਮੀ ਬਹੁਤ ਜ਼ਿਆਦਾ ਸੀ ਅਤੇ ਇੱਕ ਸ਼ਨੀ ਐਤਵਾਰ 'ਤੇ ਸੰਗਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਨਾ, ਫਿਰ ਚੁਪਹਿਰੇ ਕਰਕੇ ਵੀ ਉੱਥੇ ਰਾਤ ਹੀ ਆ ਜਾਂਦੇ, ਸ਼ਨੀਵਾਰ ਰਾਤ ਨੂੰ ਹੀ ਚੁਪਹਿਰੇ 'ਚ ਜਿੱਥੇ ਆਪਾਂ ਰਹੇ ਸੀ ਉੱਥੇ ਵੀ ਜਿਹੜੇ ਬਾਕੀ ਰੂਮ ਸੀ ਉਹਨਾਂ ਦੇ ਵਿੱਚ ਦਿੱਲੀ ਤੋਂ ਸੰਗਤ ਆਈ ਚੁਪਹਿਰਾ ਕੱਟਣ, ਅਤੇ ਉਹ ਇੱਕ ਲੇਡੀ ਗਈ ਕਿ ਹਾਏ ਲਾਈਟ ਸਾਰੀ ਰਾਤ ਨਹੀਂ ਆਈ, ਮੈਂ ਸੁੱਤੀ ਨਹੀਂ ਆ ਅਤੇ ਮੈਂ ਚੁਪਹਿਰਾ ਕਿੱਦਾਂ ਕੱਟਣਾ, ਮੈਂ ਚੁਪਹਿਰਾ ਕਿੱਦਾਂ ਕੱਢਣਾ ਆ, ਅਤੇ ਲਾਈਟ ਤੋਂ ਵੀ ਬਗੈਰ ਔਖਾ ਹੀ ਹੁੰਦਾ, ਫਿਰ ਘਰ ਆਏ ਅਤੇ ਘਰ ਆ ਕੇ ਥੋੜ੍ਹਾ ਆਪਣੇ ਘਰ ਭਾਵੇਂ ਨਾ ਵੀ ਲਾਈਟ ਹੋਏ ਤਾਂ ਵੀ ਤੁਸੀਂ ਆਪਣਾ ਕੰਫਰਟੇਬਲ ਜਿੱਥੇ ਮਰਜ਼ੀ ਅੰਦਰ ਜੇ ਬੈਠੋ ਬਾਹਰ ਬੈਠੋ ਜਿੱਥੇ ਮਰਜ਼ੀ ਬੈਠੋ, ਬੜਾ ਸੁੱਖ ਹੁੰਦਾ ਸੁੱਖ ਹੁੰਦਾ ਆ। ਅਤੇ ਸੋ ਅਸੀਂ ਫਿਰ ਪਹੁੰਚ ਗਏ ਜੀ ਘਰ, ਵਾਸਤੇ ਪਹੁੰਚਣ ਵਾਲੀ ਆ ਅਤੇ ਸਾਰੇ ਜਣੇ ਔਨਲਾਈਨ ਹੋਏ ਆ ਅਤੇ ਸਾਰੇ ਦੇਖਣ ਲਈ ਉਤਾਵਲੇ ਆ। ਰਬੀਨਾ ਕਿੱਥੇ ਪਹੁੰਚੀ ਹੈ, ਕਿੱਦਾਂ ਪਹੁੰਚ ਗਈ? ਬਸ ਆਪਣਾ ਸਮਾਨ ਲਗੇਜ ਕਲੈਕਟ ਕਰਕੇ ਆ ਜਾਣਾ ਬਸ ਬਾਹਰ ਆਉਣ ਵਾਲੀ। ਅਸੀਂ ਦੇਖ ਲੋ ਕੈਮਰੇ ਦੇ ਵਿੱਚੋਂ ਕੈਮਰੇ ਨੂੰ ਸ਼ੂਟ ਕਰ ਰਹੇ ਸਾਰਿਆਂ ਨੂੰ। ਤੁਸੀਂ ਹੁਣ ਕੀ ਕਰਨ ਡੇ ਜੇ ਗੁਰਜੀਤ ਜੀ? ਸਾਰਿਆਂ ਨੂੰ ਵੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਕੁਝ ਪਹੁੰਚ ਵੀ ਗਈ ਤਾਂ